ਅੱਜ ਸੋਹਾਣਾ ਹਸਪਤਾਲ ਦੇ ਵਿੱਚ ਇੱਕ ਰੋਬੋਟਿਕ ਜਿਹੜੀ ਹੈਗੀ ਉਹਦੀ ਸ਼ੁਰੂਆਤ ਕੀਤੀ ਗਈ ਹੈ ਔਰ ਕਾਫੀ ਕਹਿ ਸਕਦੇ ਹਾਂ ਕਿ ਅਪਡੇਟਿਡ ਟੈਕਨੀਕ ਦੇ ਚਲਤੇ ਇਹ ਪੂਰਾ ਜਿਹੜਾ ਹੈਗਾ ਰੋਬੋਟ ਸਰਜਰੀ ਕੀਤੀ ਜਾਣਗੀ, ਕਿਸ ਤਰ੍ਹਾਂ ਦੀ ਕੋਈ ਮੈਨੂਅਲ ਨਹੀਂ ਕਿਸੇ ਵੀ ਤਰ੍ਹਾਂ ਦੀ, ਔਰ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਸਰਜਰੀ ਕੀਤੀ ਜਾਣਗੀ ਇਸ ਰੋਬੋਟ ਤਰੀਕੇ ਨਾਲ। ਸਾਡੇ ਨਾਲ ਸੀਨੀਅਰ ਡਾਕਟਰਸ ਨੇ, ਡਾਕਟਰ ਸਾਹਿਬ ਅੱਜ ਇਹ ਸ਼ੁਰੂਆਤ ਕਰਨ ਜਾ ਰਹੇ ਹੋ, ਇਹਦੇ ਥੋੜ੍ਹੇ ਜਿਹੇ ਫਾਇਦੇ ਦੱਸੋ ਕਿ ਕਿਸ ਤਰ੍ਹਾਂ ਲੋਕਾਂ ਨੂੰ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਫਾਇਦੇ ਹੋਣ। ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਗਗਨਦੀਪ ਸਚਦੇਵਾ, CEO ਸੋਹਾਣਾ ਹਸਪਤਾਲ। ਮੈਂ ਅੱਜ ਸਿਰਫ ਇਹ ਦੱਸਣਾ ਚਾਹੁੰਦਾ ਕਿ ਸੋਹਾਣਾ ਹਸਪਤਾਲ ਵੱਲੋਂ ਇੱਕ ਸਰਜੀਕਲ ਰੋਬੋਟ ਜਿਹਨੂੰ ਕਿ ਅਸੀਂ ਡਾਵਿੰਚੀ XI ਕਹਿੰਦੇ ਹਾਂ, ਦਿਸ ਇਜ਼ ਦੀ ਲੇਟੈਸਟ ਵਰਲਡ ਦੇ ਵਿੱਚ, ਦੁਨੀਆ ਦੇ ਸਭ ਤੋਂ ਆਧੁਨਿਕ ਜੋ ਰੋਬੋਟ ਦੀ ਜੋ ਹੈ ਉਹ ਇਹ ਸਾਡੇ ਇੱਥੇ ਇੰਸਟਾਲ ਹੋਇਆ ਹੈ। ਅਤੇ ਅੱਜ ਅਸੀਂ ਇਹਦੀ ਇਨੋਗਰੇਸ਼ਨ ਜਿਹੜੀ ਉਦਘਾਟਨ ਜਿਹੜਾ ਅੱਜ ਦਾ ਹੋਇਆ, ਅਸੀਂ ਇਸ ਰੋਬੋਟਿਕ ਸਰਜਰੀ ਦੇ ਨਾਲ ਤਕਰੀਬਨ ਹਰ ਤਰ੍ਹਾਂ ਦੀ ਸਰਜਰੀ ਜਿਹੜੀ ਹੈ ਸੰਭਵ ਹੋ ਸਕਦੀ ਉਹ ਪੇਟ ਦੀ ਉਹ ਇਸ ਰੋਬੋਟ ਦੇ ਨਾਲ ਹੋਏਗੀ, ਜਿਹਦੇ ਵਿੱਚ ਅਸੀਂ ਪ੍ਰੋਸਟੇਟ ਦੀ ਸਰਜਰੀ ਦੀ ਗੱਲ ਕਰੀਏ, ਕੈਂਸਰ ਦੀ ਸਰਜਰੀ ਦੀ ਗੱਲ ਕਰੀਏ, ਜਨਰਲ ਸਰਜਰੀ ਦੀ ਗੱਲ ਕਰੀਏ, ਗਾਇਨੀ ਸਰਜਰੀ ਦੀ ਗੱਲ ਕਰੀਏ, ਕਿਸੇ ਵੀ ਤਰ੍ਹਾਂ ਦੀ ਜਿਹੜੀ ਸਰਜਰੀ ਹੈ ਜੋ ਵੀ ਅਬਡੋਮੀਨਲ ਸਰਜਰੀ ਹੈ ਜਿਹੜੀ ਉਹ ਪਹਿਲਾਂ ਕਿ ਲੈਪਰੋਸਕੋਪਿਕ ਟੈਕਨੀਕ ਦੇ ਨਾਲ ਹੁੰਦੀ ਸੀਗੀ, ਅੱਜ ਤੋਂ ਪਹਿਲਾਂ ਜੋ ਸਾਡੇ ਕੋਲ ਵੀ ਇੱਥੇ ਹਰ ਜਗ੍ਹਾ 'ਤੇ ਇੱਕ ਜਿਹਨੂੰ ਕੀ ਹੋਲ ਸਰਜਰੀ ਬੋਲਦੇ ਹਾਂ, ਹੁਣ ਉਹਦੀ ਆਪਾਂ ਐਡਵਾਂਸਮੈਂਟ ਕਰਦੇ ਹੋਏ ਜਾਂ ਉਹਨੂੰ ਅਸੀਂ ਆਪਾਂ ਹੋਰ ਅੱਗੇ ਵਧਾਉਂਦੇ ਹੋਏ ਅਸੀਂ ਹੁਣ ਰੋਬੋਟਿਕ 'ਤੇ ਸ਼ਿਫਟ ਹੋ ਗਏ ਹਾਂ, ਜਿਹਦੇ 'ਚ ਅਸੀਂ ਹਰ ਸਰਜਰੀ ਜਿਹੜੀ ਹੈ ਪੇਟ ਦੀ ਹੁਣ ਰੋਬੋਟਿਕ ਟੈਕਨੀਕ ਨਾਲ ਕਰਾਂਗੇ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇਸ ਰੋਬੋਟ ਦੇ ਵਿੱਚ 4 ਆਰਮਸ ਹੈ, ਦਿਸ ਇਜ਼ ਦੇ ਲੇਟੈਸਟ 4 ਆਰਮ ਰੋਬੋਟ, ਜਿਹੜੀ ਇਹਦੀਆਂ 4 ਬਾਹਾਂ ਨੇ ਉਹਨਾਂ ਦੀ ਬਹੁਤ ਹੀ ਬਰੀਕ ਬਰੀਕ ਇਨਸੀਜਨ ਦੇ ਨਾਲ, ਬਹੁਤ ਹੀ ਬਰੀਕ ਬਰੀਕ ਚੀਰੇ ਦੇ ਨਾਲ ਇਹ ਜਿਹੜੀਆਂ ਛੋਟੀਆਂ ਜਿਹੀਆਂ ਆਰਮਸ ਨੇ ਇਹ ਪੇਟ ਦੇ ਵਿੱਚ ਜਾ ਕੇ ਤੁਹਾਡੀ ਡੂੰਘਾਈ ਤੋਂ ਜਿਹੜੀਆਂ ਕਿ ਬਹੁਤ ਹੀ ਅੰਦਰ ਜਿਹੜੀਆਂ ਡਿਜ਼ੀਜ਼ ਹੈ, ਕੋਈ ਕੈਂਸਰ ਦੀ ਪ੍ਰੋਬਲਮ ਹੈ ਜਾਂ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਹੜੀ ਕਿ ਬਹੁਤ ਹੀ ਜ਼ਿਆਦਾ ਅੰਦਰੂਨੀ ਹੈ ਅਤੇ ਲੈਪਰੋਸਕੋਪੀ ਸਰਜਰੀ ਨਾਲ ਵੀ ਬਹੁਤ ਹੀ ਮੁਸ਼ਕਿਲ ਹੁੰਦੀ ਉਹ ਸਰਜਰੀ ਨੂੰ ਕਰਨਾ, ਰੋਬੋਟਿਕਸ ਦੇ ਨਾਲ ਉਹ ਸਰਜਰੀ ਜਿਹੜੀ ਬਹੁਤ ਹੀ ਸਕਸੈਸਫੁਲ ਵੇ ਦੇ ਨਾਲ, ਬਹੁਤ ਹੀ ਅੱਛੇ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਹੈ। ਅਤੇ ਜਿਹੜਾ ਉਹ ਤੁਸੀਂ ਲੀਜਨ ਹੈ, ਜੋ ਬਿਮਾਰੀ ਹੈ, ਉਸ ਨੂੰ ਤੁਸੀਂ ਨਸਾਂ ਤੋਂ ਜਾਂ ਬਲੱਡ ਵੈਸਲਸ ਤੋਂ ਬਚਾ ਕੇ ਬੜੇ ਸਾਫ਼ ਤਰੀਕੇ ਦੇ ਨਾਲ ਤੁਸੀਂ ਉਹ ਲੀਜਨ ਨੂੰ ਬਾਹਰ ਕੱਢ ਸਕਦੇ ਹੋ ਜਾਂ ਐਗਜ਼ਾਮਪਲ ਵੀ ਤੁਸੀਂ ਦਿਖਾ ਰਹੇ ਹੋ ਕਿ ਹਾਂਜੀ ਉਹ ਤੁਸੀਂ TV 'ਤੇ ਦੇਖ ਸਕਦੇ ਹੋ ਐਗਜ਼ਾਮਪਲ ਕਿ ਜਿਹੜੀਆਂ ਉਹ ਆਰਮਸ ਨੇ ਉਹ ਇੱਕ ਸਰਜੀਕਲ ਕੰਸੋਲ ਤੋਂ, ਜਿਵੇਂ ਇੱਕ ਡਾਕਟਰ ਸਾਹਿਬ ਚਲਾ ਰਹੇ ਨੇ ਉਹ ਇਸ ਤਰ੍ਹਾਂ ਇੱਕ ਸਰਜੀਕਲ ਕੰਸੋਲ ਹੁੰਦਾ ਹੈ, ਡਾਕਟਰ ਜੇ ਹੱਥ ਦੇ ਵਿੱਚ ਕੰਟਰੋਲ ਵਿੱਚ ਹੁੰਦਾ ਇਹ ਸਾਰਾ ਕੁਝ, ਅਤੇ ਉਹ ਅੰਦਰ ਜਾ ਕੇ ਇਹਦੀ ਮੂਵਮੈਂਟਸ ਜਿਹੜੀਆਂ 360° ਮੂਵਮੈਂਟਸ ਹੁੰਦੀਆਂ ਇਹਦੇ ਨਾਲ ਇਹ ਪਿੱਛੋਂ ਅੰਦਰੋਂ ਕਿਸੇ ਵੀ ਸਾਈਡ ਤੋਂ ਕਿਤੋਂ ਵੀ ਇਹ ਜਿਹੜੀ ਚੀਜ਼ ਹੈ ਇਸ ਚੀਜ਼ ਨੂੰ ਠੀਕ ਕਰਕੇ ਬਲੱਡਸ ਨੂੰ ਵਗੈਰਾ ਨੂੰ ਕਲੋਟਿੰਗ ਕਰਕੇ ਅੰਦਰ ਜੋ ਵੀ ਪ੍ਰੋਬਲਮ ਉਹਨੂੰ ਇਹ ਸਫਾਈ ਦੇ ਨਾਲ, ਕਿਸੇ ਤਰ੍ਹਾਂ ਦੀ ਕੋਈ ਰਿਸਕ ਇਹਦੇ ਵਿੱਚ ਨਹੀਂ ਹੁੰਦਾ, ਕਿਸੇ ਤਰ੍ਹਾਂ ਦਾ ਵੀ ਰਿਸਕ ਨਹੀਂ ਹੁੰਦਾ ਇਹਦੇ ਵਿੱਚ, ਸਗੋਂ ਜੋ ਰਿਸਕ ਪਹਿਲਾਂ ਕਿਸੇ ਸਰਜਰੀ ਦੇ ਨਾਲ ਹੁੰਦਾ ਸੀ ਜਾਂ ਕਿਸੇ ਹੋਰ ਟੈਕਨੀਕ ਨਾਲ ਹੁੰਦਾ ਸੀ ਉਹ ਰਿਸਕ ਹੁਣ ਖਤਮ ਹੋ ਗਿਆ। ਰੋਬੋਟਿਕ ਇਜ਼ 100% ਸੇਫ, 100% ਐਕੂਰੇਟ ਐਂਡ ਪ੍ਰੀਸੀਜ਼ਨ ਬਹੁਤ ਅੱਛੀ ਇਹਦੇ ਨਾਲ, ਜਿਹਦੇ ਕਰਕੇ ਪੇਸ਼ੈਂਟ ਦੀ ਰਿਕਵਰੀ ਜਿਹੜੀ ਬਹੁਤ ਫਾਸਟ ਹੁੰਦੀ ਹੈ ਔਰ ਵਿਦ ਇਨ 6 ਆਵਰਸ ਅਸੀਂ ਪੇਸ਼ੈਂਟ ਨੂੰ ਖੜਾ ਕਰ ਸਕਦੇ ਹਾਂ। ਜਦੋਂ ਪੇਨ ਜੇ ਆਪਾਂ ਗੱਲ ਕਰੀਏ, ਜਿੱਦਾਂ ਪੇਨ ਹੁੰਦੀ ਸੀ ਪਹਿਲਾਂ ਕੋਈ ਸਰਜਰੀ ਹੁੰਦੀ ਸੀ ਤਾਂ ਕਾਫੀ ਪੇਸ਼ੈਂਟ, ਇਹਦੇ ਵਿੱਚ ਬਿਲਕੁਲ ਪੇਨ ਨਹੀਂ ਹੁੰਦੀ ਬਿਕੋਜ਼ ਇਹਦੀ ਡੌਕਿੰਗ ਸਿਸਟਮ ਇਸ ਤਰ੍ਹਾਂ ਦਾ ਹੈ ਕਿ ਉਹ ਡੌਕ ਹੋ ਜਾਂਦੇ ਇਹਦੇ ਇੰਸਟਰੂਮੈਂਟਸ 'ਤੇ, ਜਿਹੜੀ ਉਹ ਸਕਿਨ ਦੀ ਪੇਨ ਤੋਂ ਲੈ ਕੇ ਜਿਹੜੀ ਅੰਦਰ ਇਨ ਡੈਪਥ ਜਿਹੜੀ ਪੇਨ ਹੈ ਉਹ ਪੇਨ ਇਹਦੇ ਵਿੱਚ ਨਹੀਂ ਹੁੰਦੀ, ਜੋ ਕਿ ਲੈਪਰੋਸਕੋਪੀ ਸਰਜਰੀ ਵਿੱਚ ਡੈਸੈਕਸ਼ਨ ਜ਼ਿਆਦਾ ਹੋਣ ਕਰਕੇ ਜਿਹੜੀ ਪੇਨ ਹੁੰਦੀ ਸੀ ਉਹ ਪੇਨ ਨਹੀਂ ਹੁੰਦੀ। ਬਲੱਡ ਲੋਸ ਡੈਫੀਨੇਟਲੀ ਘੱਟ ਹੁੰਦਾ ਬਿਕੋਜ਼ ਇਹਦੀ ਜਿਹੜੀ ਵਿਜ਼ਨ ਹੈ ਜਿਹੜੀ ਉਹ 4D ਵਿਜ਼ਨ ਹੈ, ਤੁਸੀਂ ਦੇਖ ਸਕਦੇ ਹੋ ਕਿ ਜੋ ਸਾਨੂੰ ਦਿਖ ਰਿਹਾ ਅੰਦਰ ਉਹ ਇੱਕ 4-ਡਾਇਮੈਂਸ਼ਨਲ ਵੇ ਨਾਲ ਦਿਖਦਾ, ਜਦਕਿ ਲੈਪਰੋਸਕੋਪੀ ਦੇ ਨਾਲ ਇਹ 2-ਡਾਇਮੈਂਸ਼ਨਲ ਦਿਖਦਾ ਸੀ। ਜੋ 4D ਦਿਖਦਾ ਅਤੇ ਇਹਦੇ ਨਾਲ ਜਿਹੜੀ ਸਾਡੀ ਕੋਈ ਬਲੀਡਿੰਗ ਜਾਂ ਕੁਛ ਵੀ ਇਸ ਤਰ੍ਹਾਂ ਦਾ ਅੰਦਰ ਹੁੰਦਾ, ਅਸੀਂ ਬਲੱਡ ਲੋਸ ਜਿਹੜਾ ਨਹੀਂ ਹੁੰਦਾ ਬਹੁਤ ਹੀ ਜਲਦੀ ਸਾਰੀ ਆਟੋਮੈਟਿਕ ਹੈ, ਮੈਨੂਅਲੀ ਇਹਦੇ ਵਿੱਚ ਟੋਟਲ ਇਟ ਇਜ਼ ਆਟੋਮੈਟਿਕ ਕੇਸ ਇਜ਼ 100% ਇਹਦੇ ਜਿਹੜੇ ਡੌਕਿੰਗ ਹੋਣ ਤੋਂ ਬਾਅਦ ਸਰਜਨ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਉਧਰ ਹੀ ਕੰਸੋਲ, ਇੱਥੇ ਸਰਜਨ ਬੈਠ ਇਸ ਤਰੀਕੇ ਨਾਲ ਦੇਖ ਸਕੋ, ਦਿਸ ਇਜ਼ ਕਾਲਡ ਲਾਈਕ ਰਿਮੋਟ ਕੰਟਰੋਲ, ਯੈਸ ਇਟਸ ਅ ਡਾਵਿੰਚੀ ਸਰਜਨਸ ਕੰਸੋਲ, ਸਰਜਨ ਵਿਲ ਬੀ ਸਿਟਿੰਗ ਔਨ ਦੈਟ ਚੇਅਰ, ਜਿਹੜੀ ਉਹ ਕੁਰਸੀ ਦੇਖ ਰਹੇ ਹੋ ਜਿਹੜੀ ਵੀ ਸੀਨੀਅਰ ਡਾਕਟਰਸ ਨੇ, ਸੀਨੀਅਰ ਡਾਕਟਰਸ ਨੇ ਉੱਥੇ ਬੈਠ ਕੇ ਉਹਦੇ ਨਾਲ ਹੀ ਉਸ ਐਗਜ਼ਾਮਨ ਕਰਨਗੇ ਪੂਰਾ ਇਹ ਟੀਵੀ ਤੇ ਦੇਖ ਕੇ, ਐਂਡ ਦੇ ਵਿਲ ਬੀ ਪਰਫਾਰਮਿੰਗ ਸਰਜਰੀ ਹੇਅਰ, ਪੇਸ਼ੈਂਟ ਇੱਥੇ ਹੈ, ਇਹ ਰਿਮੋਟ ਸਰਜਰੀ ਵੀ ਹੋ ਸਕਦੀ ਹੈ ਇਹਦੇ ਨਾਲ, ਔਰ ਇਹ ਸਾਡਾ ਟੋਟਲ ਰੋਬੋਟਿਕ ਸੂਟ ਹੈ ਜਿਹਦੇ 'ਚ ਹਾਈਟੈਕ ਸਾਰਾ ਕੁਝ ਜਿਹੜਾ ਇੰਸਟਰੂਮੈਂਟ ਲੱਗਦਾ ਹੈ ਕਿ ਆਪਣੇ ਏਰੀਆ ਦੇ ਵਿੱਚ ਅਪਡੇਟਿਡ ਜਿਹੜੀ ਹੈ ਟੈਕਨੀਕ ਹੈ।
ਬਿਲਕੁਲ ਇਸ ਏਰੀਆ ਦੇ ਵਿੱਚ, ਇਸ ਤੋਂ ਉੱਪਰ ਕੋਈ ਦੁਨੀਆ ਦੇ ਵਿੱਚ ਜਿਵੇਂ ਮੈਂ ਦੱਸਿਆ ਕੋਈ ਟੈਕਨੀਕ ਅਵੇਲੇਬਲ ਹੀ ਨਹੀਂ ਆ ਵਰਲਡ ਦੇ ਵਿੱਚ। ਆਈ ਵੁੱਡ ਸੇ ਅਮੈਰੀਕਾ ਦੇ ਵਿੱਚ ਇਸ ਟਾਈਮ 'ਤੇ ਡਵਿੰਚੀ ਐਕਸ ਆਈ ਜਿਹੜਾ ਅਸੀਂ ਕਹਿ ਰਹੇ ਹਾਂ ਲੇਟੈਸਟ ਜਿਹੜਾ ਵਰਜ਼ਨ ਹੈ ਰੋਬੋਟ ਦਾ, ਇਹ ਜਿਹੜਾ ਕਿ ਬਹੁਤ ਹੀ ਕੰਪੈਟੇਬਲ, ਯੂਜ਼ਰ ਫਰੈਂਡਲੀ, ਮੂਵੇਬਲ ਅਤੇ ਬਹੁਤ ਹੀ ਜ਼ਿਆਦਾ ਐਕੂਰੇਸੀ ਨਾਲ ਜਿਹੜਾ ਇਹ ਕੰਮ ਕਰਦਾ ਹੈ। ਤਾਂ ਬਿਲਕੁਲ ਜਿੱਦਾਂ ਸਰ ਨੇ ਦੱਸਿਆ ਕਾਫੀ ਚੀਜ਼ਾਂ ਇਹਦੇ ਬੈਨੀਫਿਸ਼ਰੀਜ਼ ਹੈ। ਸਭ ਤੋਂ ਪਹਿਲਾਂ ਪੇਨਫੁਲ ਜਿਹੜੀ ਹੈਗੀ, ਜਿਹੜੀ ਪੇਨ ਹੁੰਦੀ ਸੀ ਪੇਸ਼ੈਂਟਸ ਨੂੰ, ਉਹ ਬਿਲਕੁਲ ਹੁਣ ਨਹੀਂ ਹੁੰਦੀ। ਔਰ ਸਭ ਤੋਂ ਬਿਲਕੁਲ ਜਿਸ ਕਹਿ ਸਕਦੇ ਹਾਂ ਕਿ ਪੂਰੇ ਤਰੀਕੇ ਨਾਲ ਉਹ ਪੂਰਾ ਰਿਸਕ ਕਿਸੇ ਵੀ ਤਰ੍ਹਾਂ ਦਾ ਨਹੀਂ ਹੈ। ਔਰ ਇਸ ਤਰ੍ਹਾਂ ਦੀ ਰੋਬੋਟਿਕ ਸਰਜਰੀ ਜਿਹੜੀ ਆ ਇੱਥੇ ਹੋਣੀ ਹੈ, ਸੋਹਾਣਾ ਹੋਸਪਿਟਲ ਦੇ ਵਿੱਚ ਪਹੁੰਚੇ ਹਾਂ ਜਿੱਥੇ ਅੱਜ ਤੋਂ ਇਹਦੀ ਸ਼ੁਰੂਆਤ ਕੀਤੀ ਗਈ ਔਰ ਕਈ ਚੀਜ਼ਾਂ ਨੂੰ ਲੈ ਕੇ ਲਗਾਤਾਰ ਜਿਹੜੀ ਹੈਗੀ ਗੱਲ ਕੀਤੀ। ਡਾਕਟਰ ਸਾਹਿਬ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਆਪਣੇ ਆਪ 'ਚ ਇੱਕ ਫਸਟ, ਇਸ ਇੱਕ ਥੋੜ੍ਹਾ ਜਿਹਾ ਸੋਹਾਣਾ ਹੋਸਪਿਟਲ ਬਾਰੇ ਇੰਨਾ ਦੱਸਣਾ ਚਾਹੁੰਦਾ ਕਿ ਸੋਹਾਣਾ ਹੋਸਪਿਟਲ 'ਚ ਆਲਰੇਡੀ ਸਾਡੇ ਕੋਲ ਇੱਥੇ ਦੋ ਤਰ੍ਹਾਂ ਦੇ ਹੋਰ ਵੀ ਰੋਬੋਟਿਕ ਸਰਜਰੀ ਚੱਲ ਰਹੀ ਹੈ। ਆਈਜ਼ ਦਾ ਰੋਬੋਟ ਸਾਡੇ ਕੋਲ, ਅੱਖਾਂ ਦਾ ਰੋਬੋਟ ਆਲਰੇਡੀ ਹੈ, ਨੀ ਸਰਜਰੀ ਵਾਸਤੇ ਗੋਡਿਆਂ ਨੂੰ ਬਦਲਣ ਦਾ ਰੋਬੋਟ ਆਲਰੇਡੀ ਚੱਲ ਰਿਹਾ। ਦਿਸ ਦੇ ਥਰਡ ਰੋਬੋਟ ਵਿੱਚ ਵੀ ਹੈਵ ਇੰਸਟਾਲਡ ਹੇਅਰ ਐਂਡ ਇਟ ਇਜ਼ ਨਾਓ ਇਹ ਟੋਟਲੀ ਰੋਬੋਟਿਕ ਸਰਜਰੀ ਇੰਸਟੀਚਿਊਟ ਬਣ ਚੁੱਕਾ ਹੈ ਕੰਪਲੀਟ, ਕਿਉਂਕਿ ਦੁਨੀਆ ਦੇ ਵਿੱਚ ਤਿੰਨ ਹੀ ਰੋਬੋਟ ਅਵੇਲੇਬਲ ਨੇ, ਅੱਖਾਂ ਦਾ ਰੋਬੋਟ, ਨੀਜ਼ ਵਾਸਤੇ। ਉਹਨਾਂ ਦਾ ਰਿਜ਼ਲਟ ਕਿਸ ਤਰ੍ਹਾਂ ਦਾ ਸਰ? ਬਹੁਤ ਅੱਛੇ ਰਿਜ਼ਲਟਸ ਆ ਰਹੇ ਹਨ ਸਾਡੇ ਕੋਲ। ਅਸੀਂ ਨੀਜ਼ ਦਾ ਜਿਹੜਾ ਰੋਬੋਟਿਕ ਸਿਸਟਮ ਹੈ ਲਾਸਟ ਈਅਰ ਇੰਸਟਾਲ ਕੀਤਾ ਸੀ ਔਰ ਅਸੀਂ ਤਕਰੀਬਨ 1200 ਤੋਂ 1500 ਸਰਜਰੀ ਇੱਕ ਸਾਲ ਦੇ ਵਿੱਚ ਅਸੀਂ ਕਰ ਚੁੱਕੇ ਹਾਂ ਐਂਡ ਵੀ ਆਰ ਵੈਰੀ ਹੈਪੀ ਫਰੋਮ ਦਾ ਰਿਜ਼ਲਟਸ। ਪੇਸ਼ੈਂਟਸ ਇੰਨੇ ਹੈਪੀ ਹੈ ਕਿ ਸਾਡੇ ਕੋਲ ਜਿਹੜੀ ਰੋਬੋਟਿਕਸ ਦੀ ਕੁਐਰੀ ਹੈ, ਰੋਬੋਟਿਕ ਦੇ ਰਿਜ਼ਲਟ ਦੇ ਕਰਕੇ ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲ ਰੋਬੋਟਿਕ ਸਰਜਰੀ ਆਪਟ ਕਰ ਰਹੇ ਹੈ, ਨਾ ਕਿ ਮੈਨੂਅਲ ਸਰਜਰੀ ਤੋਂ, ਕਿਉਂਕਿ ਮੈਨੂਅਲ ਸਰਜਰੀ ਜਾਂ ਕਨਵੈਨਸ਼ਨਲ ਸਰਜਰੀ ਤੋਂ ਰੋਬੋਟਿਕ ਸਰਜਰੀ ਦੇ ਜਿਹੜੇ ਰਿਜ਼ਲਟਸ ਹੈ ਉਹ ਪੇਸ਼ੈਂਟ ਹੀ ਜਾਣ ਸਕਦਾ ਹੈ ਕਿ ਇਹ ਕਿੰਨੇ ਪੇਸ਼ੈਂਟ ਨੂੰ ਪਤਾ ਲੱਗਦਾ ਹੈ ਪੇਨ ਦੀ ਗੱਲ ਕਰ ਲਈ ਜਾਂ ਫਿਰ ਕਿਸ ਤਰ੍ਹਾਂ ਦੀ, ਜੇ ਉਹਨੇ ਕੋਈ ਹੋਰ ਸਰਜਰੀ ਕਦੀ ਕਰਾਈ ਹੋਵੇ ਜਾਂ ਕਿਸੇ ਉਹਦੇ ਰਿਲੇਟਿਵ ਨੇ ਕੋਈ ਸਰਜਰੀ ਕਰਾਈ ਹੋਵੇ ਤਾਂ ਉਹਦਾ ਜਿਹੜਾ ਡਿਫਰੈਂਸ ਹੈ ਉਹ ਪੇਸ਼ੈਂਟ ਤੋਂ ਬਹੁਤ ਕਲੀਅਰਲੀ ਆਪਣੀ ਜਵਾਨੀ ਦੱਸ ਸਕਦਾ ਕਿ ਮੈਨੂੰ ਕੀ ਫਰਕ ਲੱਗਿਆ। ਤਾਂ ਬਿਲਕੁਲ ਜਿੱਦਾਂ ਸਰ ਨੇ ਦੱਸਿਆ ਕਿ ਲਗਾਤਾਰ ਕਈ ਚੀਜ਼ਾਂ ਨੂੰ ਲੈ ਕੇ ਅਪਡੇਟਿਡ ਜਿਹੜਾ ਹੈਗਾ ਉਹ ਕੀਤਾ ਗਿਆ ਔਰ ਕਾਫੀ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਨਹੀਂ ਔਰ ਪੂਰਾ ਰਿਮੋਟ ਜਿਹੜੇ ਸੀਨੀਅਰ ਜਿਹੜੇ ਸਰਜਨ ਨੇ ਉਹ ਕੀਤੇ ਗਏ ਨੇ ਅਤੇ ਕਹਿ ਸਕਦੇ ਹਾਂ ਕਿ ਆਪਣੇ ਆਪ 'ਚ ਇਸ ਏਰੀਆ ਦਾ ਇੱਕ ਪਹਿਲਾਂ ਇਹ ਯੂਨੀਕ ਹੈਗੀ ਹੈ ਜਿਸ ਨੂੰ ਲੈ ਕੇ ਅੱਜ ਇਹਨਾਂ ਉਦਘਾਟਨ ਕੀਤਾ ਗਿਆ। ਮੋਹਾਲੀ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।